ਪੰਜਾਬ ਦੇ ਵਿੱਚ ਲੋਕ ਸਭਾ ਨੂੰ ਲੈ ਕੇ ਵੋਟਿੰਗ ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ ਅਤੇ ਹੁਣੇ ਹੁਣੇ ਹਰਸਿਮਰਤ ਕੌਰ ਬਾਦਲ ਜੋ ਕਿ ਅਕਾਲੀ ਦਲ BJP ਦੇ ਬਠਿੰਡਾ ਤੋਂ ਸਾਂਝੇ ਉਮੀਦਵਾਰ ਨੇ ਵੋਟਿੰਗ ਕਰਕੇ ਆਏ ਨੇ ਸਾਡੇ ਨਾਲ ਨੇ। ਬੀਬਾ ਜੀ, ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਕਰਨ ਜਾ ਰਿਹਾ ਕਿ ਜਿੱਤ ਦੀ ਹੈਟ੍ਰਿਕ ਲਗਾ ਰਹੇ ਹੋ ਕਿਉਂਕਿ ਪਹਿਲਾਂ ਦੋ ਵਾਰ ਜਿੱਤ ਚੁੱਕੇ ਹੋ। ਪਰਮਾਤਮਾ ਦੀ ਰਹਿਮਤ ਨਾਲ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ ਅਤੇ ਬਠਿੰਡੇ ਦੇ ਲੋਕ ਬਠਿੰਡੇ ਦੇ ਵਿਕਾਸ ਨੂੰ ਅੱਗੇ ਲਿਜਾਣ ਵਾਸਤੇ ਤਰੱਕੀ, ਇਮਾਨਦਾਰੀ, ਅਮਨ ਸ਼ਾਂਤੀ ਵਾਸਤੇ ਵੋਟ ਪਾਉਣਗੇ ਕਿਉਂਕਿ ਇਹਨਾਂ 10 ਸਾਲਾਂ 'ਚ ਬਠਿੰਡੇ ਹਲਕੇ ਦੀ ਨੁਹਾਰ ਬਦਲਣ ਵਾਸਤੇ ਹਰ ਪਿੰਡ ਵਿੱਚ, ਹਰ ਵਾਰਡ ਵਿੱਚ ਕਈ ਗੇੜੇ ਲਾ ਕੇ ਕਰੋੜਾਂ ਦੇ ਕੰਮਕਾਜ 10 ਸਾਲ ਪਹਿਲੇ ਇੱਕ ਇੱਕ ਵਾਰਡ ਵਾਲੇ ਨੂੰ, ਇੱਕ ਇੱਕ ਪਿੰਡ ਵਾਲੇ ਨੂੰ, ਇੱਕ ਇੱਕ ਸ਼ਹਿਰ ਵਾਸੀ ਨੂੰ ਪੁੱਛ ਲਓ ਕਿ ਤੁਹਾਡੇ ਹਾਲਾਤ ਕੀ ਸੀ ਅਤੇ ਇਹਨਾਂ 10 ਸਾਲਾਂ 'ਚ ਕੀ ਕੰਮ ਕੀਤਾ ਗਿਆ। ਇਹ ਸਾਰੇ ਕੰਮ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਨੂੰ ਰੱਖਦੇ ਹੋਏ ਦਿੱਲੀ ਵਿੱਚ ਸਰਕਾਰ ਬਣੀ ਤਾਂ ਫਿਰ ਚੌਪੱਖੀ ਸੜਕਾਂ ਜਿਹੋ ਜਿਹੀ ਇਸ ਇਲਾਕੇ 'ਚ 4 'ਚ 6 ਲੇਨਾਂ 'ਚ 2.5 ਘੰਟੇ 'ਚ ਅੰਮ੍ਰਿਤਸਰ ਪਹੁੰਚੋ, 2 ਘੰਟਿਆਂ 'ਚ ਚੰਡੀਗੜ੍ਹ ਪਹੁੰਚੋ। ਹਵਾਈ ਅੱਡਾ ਜਿਹੜਾ ਕਦੇ ਬਠਿੰਡਾ ਪਿਛੜਾ ਹੋਇਆ ਇਲਾਕਾ ਕਹਿੰਦਾ ਸੀ, ਹੁਣ ਹਵਾਈ ਜਹਾਜ਼ ਇੱਥੇ ਉਤਰਦੇ ਨੇ, ਸ਼ਤਾਬਦੀਆਂ ਚੱਲਦੀਆਂ, ਇਲੈਕਟ੍ਰੋਨਿਕ ਟ੍ਰੇਨਸ ਚੱਲ ਰਹੀਆਂ ਨੇ। ਏਮਜ਼ ਵਰਗਾ 70 ਸਾਲ 'ਚ ਹਸਪਤਾਲ ਕੋਈ ਨਹੀਂ ਆ ਸਕਿਆ, ਉਹ ਇਸ ਇਲਾਕੇ ਵਿੱਚ ਆਇਆ ਹੈ। ਮੈਡੀਕਲ ਕਾਲਜ ਦੀ ਕਲਾਸਾਂ ਸ਼ੁਰੂ ਹੋ ਰਹੀਆਂ ਨੇ। ਸੋ ਇਹ ਏਮਜ਼ ਇੱਕ ਹਕੀਕਤ ਬਣ ਜਾਏ, ਇੱਥੇ ਹੀ ਤਾਂ ਨਾ ਜਾ ਕੇ ਰੁਕ ਜਾਏ, ਇਹਦੇ ਵਿੱਚ ਭਰਤੀਆਂ ਹੋਣ, ਇਹਦੇ ਵਿੱਚ ਇਲਾਜ ਹੋਏ, ਇੱਥੇ ਮੈਡੀਕਲ ਕਾਲਜ 'ਚ ਸਟੂਡੈਂਟਸ ਦੀ ਪੜ੍ਹਾਈ ਹੋਏ ਅਤੇ ਗਾਂ NDA ਦੀ ਸਰਕਾਰ ਜਿਹੜੀ ਬਣ ਰਹੀ ਹੈ ਇਹੋ ਜਿਹੀ ਹੋਰ ਵੱਡੀਆਂ ਚੀਜ਼ਾਂ ਇਲਾਕੇ ਵਿੱਚ ਹਨ। ਸੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਬਠਿੰਡੇ ਦੀ ਤਰੱਕੀ ਅਤੇ ਵਿਕਾਸ ਨੂੰ ਵੋਟ ਪਾਉਣਗੇ ਅਤੇ ਜਿਹੜੀ ਗੁੰਡਾਗਰਦੀ, ਅਮਨ ਸ਼ਾਂਤੀ ਨੂੰ ਭੰਗ ਕਰਕੇ ਗਾਲੀ ਗਲੋਚ, ਭੰਡੀ ਪ੍ਰਚਾਰ, ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਉਹੋ ਜਿਹੀ ਸਰਕਾਰ ਬਣਾਉਣ ਦੀ ਕੋਸ਼ਿਸ਼ ਜਿਹਦੇ ਨਾਲ ਲੋਕਾਂ ਦਾ ਫਾਇਦਾ ਹੁੰਦਾ, ਨਾ ਕਿ ਜਿਹਦੇ ਨਾਲ ਇਲਾਕੇ ਦਾ ਨੁਕਸਾਨ ਹੁੰਦਾ। ਬੀਬਾ ਜੀ, ਕੱਲ੍ਹ ਵੀ ਤੁਸੀਂ ਜਿਵੇਂ ਇਲਜ਼ਾਮ ਲਗਾਏ ਕਾਂਗਰਸ 'ਤੇ ਕਿ ਕਾਂਗਰਸ ਧੱਕੇਸ਼ਾਹੀ ਕਰ ਰਹੀ ਹੈ, ਜਿਸ ਤਰੀਕੇ ਨਾਲ ਤੁਸੀਂ ਹੋਸਪਿਟਲ ਤੱਕ ਪਹੁੰਚੇ, ਅੱਜ ਵੀ ਸਿਕੰਦਰ ਸਿੰਘ ਮਲੂਕਾ ਦੀ ਗੱਡੀ 'ਤੇ ਅਟੈਕ ਹੋਇਆ, ਕਿਵੇਂ ਦੇਖਦੇ ਹੋ? ਬਿਲਕੁਲ, ਹੁਣੇ ਤਲਵੰਡੀ ਸਾਬੋ 'ਚ ਸ਼ਹਿਰ 'ਚ ਹੁਣੇ ਕਾਂਗਰਸੀ ਆਗੂ ਜਿਹੜਾ ਉਹਨੇ ਗੋਲੀ ਵੀ ਚਲਾਈ ਹੈ। ਸੋ ਸ਼ਰੇਆਮ ਜਦੋਂ ਤੋਂ ਇਹ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ, ਮੈਂ ਇਹੋ ਜਿਹੀ ਘਟੀਆ ਰਾਜਨੀਤੀ ਅੱਜ ਤਾਂ ਹੀ ਧੱਕਾਸ਼ਾਹੀ, ਗੁੰਡਾਗਰਦੀ ਦੇਖੀ ਨਹੀਂ ਜਿਹੜੀ ਇਸ ਵਾਰੀ ਦੇਖਣ ਨੂੰ ਮਿਲ ਰਹੀ ਹੈਗੀ। ਪਹਿਲੇ ਤਾਂ ਸਾਡੇ ਪ੍ਰੋਗਰਾਮਾਂ 'ਚ ਗੁੰਡਿਆਂ ਨੂੰ ਭੇਜ ਕੇ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਆਪਣੇ ਬੰਦਿਆਂ ਨੂੰ ਜਿੰਦੜੇ ਲਾ ਕੇ ਇੱਕ ਤਰ੍ਹਾਂ 'ਤੇ ਉਹਨਾਂ ਨੂੰ ਹੋਸਟੇਜ ਰੱਖ ਕੇ ਪ੍ਰੋਗਰਾਮਾਂ ਨੂੰ ਰੋਕਣ ਦੀ ਕੋਸ਼ਿਸ਼, ਇਹ ਸਾਰਾ ਕੁਝ ਸੰਕੇਤ ਦੇ ਰਿਹਾ ਸੀ ਕਿ ਇਹ ਬੁਖਲਾਏ ਤਾਂ ਹੋਏ ਨੇ ਲੇਕਿਨ ਕਿਸ ਹੱਦ ਤਾਈਂ ਜਾ ਸਕਦੇ। ਤਾਂ ਸਾਰੀ ਹੱਦਾਂ ਪਾਰ ਹੋਈਆਂ ਜਦ ਕੱਲ੍ਹ ਤੋਂ ਹੀ ਆਪਾਂ ਦੇਖ ਲਿਆ ਕਿਵੇਂ ਇੱਥੇ ਗੁਰੂ ਸਰ ਸੈਨੇਵਾਲਾ ਬਠਿੰਡਾ ਰੂਰਲ 'ਚ ਆਪਣੇ ਬੰਦੇ ਦਾ ਸਿਰ ਪਾੜਤਾ, ਉਹਦਾ ਮੋਢਾ ਤੋੜਤਾ, ਉਹਦੀ ਉਂਗਲੀਆਂ ਤੋੜਤੀਆਂ ਅਤੇ 307 ਦਾ ਪਰਚਾ ਕਰਨ ਦੇ ਪਿਆ, ਪੂਰਾ ਖੂਨ ਤੋਂ ਲੱਥਵਾ 307 ਦਾ ਪਰਚਾ, ਹਲਕਾ ਫੁਲਕਾ ਜਿਹਾ ਪਰਚਾ ਪਾ ਕੇ ਉਹਨਾਂ ਬੰਦਿਆਂ ਨੂੰ ਬੇਲ 'ਚ ਛੱਡਤਾ। ਸ਼ਰੇਆਮ ਮਾਨਸੇ 'ਚ 600 ਰਾਜਸਥਾਨ ਦੇ ਗੁੰਡੇ ਫਿਰ ਰਹੇ ਨੇ, ਲੋਕਾਂ ਨੂੰ ਡਰਾ ਰਹੇ, ਧਮਕਾ ਰਹੇ, ਗੱਡੀਆਂ ਨੂੰ ਚੈੱਕ ਕਰ ਰਹੇ ਜਿਵੇਂ ਕੋਈ ਓਬਜ਼ਰਵਰ ਚੈੱਕ ਕਰਦਾ ਹੈਗਾ। ਗੋਨੇਆਣਾ ਮੰਡੀ 'ਚ 200 ਹੋਰ ਗੁੰਡੇ MC ਨੂੰ ਚੱਕ ਕੇ ਕਿਡਨੈਪ ਕਰ ਰਹੇ ਨੇ। ਸੋ ਇਹ ਸਾਰੇ ਸੰਕੇਤ ਸੀਗੇ ਕਿ ਇਹ ਕਿਸ ਹੱਦ ਤਾਈਂ, ਕਿਸ ਪਦ ਤਾਈਂ ਇਹ ਜਾਨ ਨੂੰ ਤਿਆਰ ਹੈ। 3 ਦਿਨਾਂ ਤੋਂ ਇਹਨਾਂ ਦੀ ਸ਼ਰਾਬ ਚੱਲ ਰਹੀ ਹੈ, ਪੈਸੇ ਵੰਡੇ ਜਾ ਰਹੇ ਨੇ। ਓਬਜ਼ਰਵਰਸ ਨੂੰ ਮੈਂ ਕਹਿ ਰਹੀ ਹਾਂ, ਇਲੈਕਸ਼ਨ ਕਮਿਸ਼ਨ ਨੂੰ ਕਹਿ ਰਹੀ ਹਾਂ, ਨਾ ਪੁਲਿਸ ਸੁਣ ਰਹੀ ਹੈ, ਨਾ ਇਲੈਕਸ਼ਨ ਕਮਿਸ਼ਨ ਸੁਣ ਰਹੀ ਹੈ। ਅਤੇ ਆਹੀ ਨਤੀਜਾ ਹੈ ਕਿ ਅੱਜ ਹੁਣ ਆਪਣੇ ਅਕਾਲੀ ਲੀਡਰ ਦੀ ਗੱਡੀ 'ਚ ਵੀ ਹਮਲਾ ਮਲੂਕਾ ਸਾਹਿਬ 'ਚ ਕੀਤਾ ਗਿਆ ਅਤੇ ਹੁਣ ਤਲਵੰਡੀ ਸਾਬੋ 'ਚ ਸ਼ਰੇਆਮ ਕਾਂਗਰਸੀ ਨੇ ਗੋਲੀ ਚਲਾਤੀ, ਕਿਉਂਕਿ ਲੋਕ ਇੰਨੀ ਵੱਡੀ ਗਿਣਤੀ ਵਿੱਚ ਆ ਕੇ ਕਾਂਗਰਸ ਦੇ ਖਿਲਾਫ ਵੋਟ ਪਾ ਰਹੇ ਨੇ ਕਿ ਹੁਣ ਰੋਕਣ, ਡਰਾਉਣ, ਧਮਕਾਉਣ 'ਚ ਹੁਣ ਲੋਕਾਂ ਦੇ ਉੱਤੇ ਹੀ ਫਾਇਰਿੰਗ ਸ਼ੁਰੂ ਹੋ ਰਹੀ ਹੈ ਉਹਨਾਂ ਨੂੰ ਡਰਾਉਣ ਵਾਸਤੇ। ਅਤੇ ਇਹ ਪ੍ਰਸ਼ਾਸਨ ਅਤੇ ਪੁਲਿਸ ਤਾਂ ਬਿਲਕੁਲ ਹੀ ਕਾਂਗਰਸ ਦੀ ਪਿੱਠੂ ਬਣ ਕੇ ਐਂ ਬੈਠੀ, ਪਤਾ ਨਹੀਂ ਇਹ ਭੁੱਲ ਜਾਂਦੇ ਨੇ ਕਿ 2 ਸਾਲ ਨਿਕਲ ਜਾਣਗੇ ਅਤੇ ਇੱਕ ਵਾਰ ਫਿਰ ਇਹਨਾਂ ਦੇ ਕੀਤੇ ਹੋਏ ਗੁਨਾਹ ਦੀ ਸਜ਼ਾ ਤਾਂ ਇਹਨਾਂ ਨੂੰ ਮਿਲੂਗੀ ਜੇ ਅੱਜ ਫਰੀ ਐਂਡ ਫੇਅਰ ਇਲੈਕਸ਼ਨਸ ਨਹੀਂ ਕਰਦੇ, ਅਤੇ ਨੁਕਸਾਨ ਤਾਂ ਇਹਨਾਂ ਨੂੰ ਝੇਲਣਾ ਹੀ ਪਊਗਾ। ਤੁਹਾਡੇ ਪਰਿਵਾਰ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵੀ ਨੇ, ਉਹ ਐਲੀਗੇਸ਼ਨ ਲਗਾ ਰਹੇ ਹੋ ਕਹਿੰਦੇ ਹਾਰ ਰਹੇ ਆ ਤਾਂ ਕਰਕੇ ਰੌਲਾ ਪਾ ਰਹੇ। ਜੇ ਇਹ ਜਿੱਤ ਦੇ ਇੰਨੇ ਕੌਨਫੀਡੈਂਟ ਸੀਗੇ ਤਾਂ ਮਨਪ੍ਰੀਤ ਬਾਦਲ ਨੂੰ ਤਾਂ ਕੈਪਟਨ ਸਾਹਿਬ ਨੇ ਕਿਹਾ ਸੀ ਚੋਣ ਲੜੋ ਫਿਰ ਭੱਜਦੇ ਕਿਉਂ ਨਜ਼ਰ ਆਏ। ਤਾਂ ਪਿਛਲੀ ਵਾਰੀ ਵੀ ਲੜ ਕੇ 4 ਪਾਰਟੀਆਂ ਦਾ ਸਹਾਰਾ ਲੈ ਕੇ ਲੜੇ ਸੀ ਤਾਂ ਹਾਰ ਗਏ ਸੀਗੇ, ਅਤੇ ਹੁਣ ਬਾਕੀ 4 ਪਾਰਟੀਆਂ, ਹੁਣ ਤਾਂ ਪੁਲਿਸ ਪ੍ਰਸ਼ਾਸਨ ਸਭ ਕੁਝ ਹੀ ਤੁਹਾਡਾ, ਫਿਰ ਇਸ ਵਾਰੀ ਉਹ ਕਿਉਂ ਭੱਜੇ, ਕੈਪਟਨ ਸਾਹਿਬ ਕਿਉਂ ਭੱਜੇ? ਮੈਂ ਤਾਂ ਉਹਨਾਂ ਨੂੰ ਵੀ ਚੈਲੰਜ ਦਿੱਤਾ ਸੀ, ਸਿੱਧੂ ਜੋੜਾ ਕਿਉਂ ਭੱਜਿਆ? ਅਤੇ ਅਖੀਰ 'ਚ ਗੁੰਡੇ ਨੂੰ ਭੇਜਿਆ ਹੀ ਇਸ ਕਰਕੇ ਕਿ ਸਿੱਧੇ ਤਰੀਕੇ ਨਾਲ ਤਾਂ ਜਿੱਤ ਨਹੀਂ ਸਕਦੇ ਸੀ, ਇਕੱਲੇ ਗੁੰਡਾਸ਼ਾਹੀ ਦੇ ਨਾਲ ਅਤੇ ਗੁੰਡਾਗਰਦੀ ਦੇ ਨਾਲ ਅਤੇ ਮਹਾਗੁੰਡਾ ਇਹੋ ਜਿਹਾ ਭੇਜਤਾ ਹੈ ਜਿਹੜਾ ਹਰ ਤਰ੍ਹਾਂ ਦਾ ਹੱਥਖੰਡਾ ਅਪਣਾ ਰਿਹਾ, ਜਿਹਦਾ ਪਿਛੋਕੜ ਇਹੋ ਜਿਹਾ, ਜਿਹੜਾ ਖਾਨਦਾਨ ਇਹੋ ਜਿਹਾ, ਜਿਹੜਾ ਗੁੰਡਾਗਰਦੀ ਦਾ ਜਿੰਨਾ ਮਹਾਰਾਜਾ ਗੁੰਡਾ ਦਾ ਹੈਗਾ। ਸੋ ਇਹ ਵੱਡੇ ਰਾਜੇ ਨੇ, ਮੈਂ ਕਹਿੰਦੀ ਹਾਂ ਆਪਣੇ ਬਠਿੰਡਿਆ ਵਾਸੀਆਂ ਨੂੰ ਕਿ ਤੁਹਾਨੂੰ ਜਿੱਥੇ ਸਾਰੇ ਪੰਜਾਬ ਨੂੰ ਤਪਾਤਾ ਉੱਥੇ ਬਠਿੰਡੇ ਹਲਕੇ ਨੂੰ ਤਪਾਉਣ ਵਾਸਤੇ ਇੱਕ ਛੋਟਾ ਗੁੰਡਾ ਭੇਜਦਾ ਜਿਹੜਾ ਅੱਜ ਹੀ ਇੰਨੀ ਗੁੰਡਾਗਰਦੀ ਕਰ ਰਿਹਾ ਹੈ, ਅਤੇ ਰੱਬ ਬਚਾ ਕੇ ਰੱਖੇ ਕਿ ਜੇ ਕਿਤੇ ਇਹਨੂੰ ਮੌਕਾ ਮਿਲਿਆ ਨੇ 5 ਸਾਲ 'ਚ ਕਿਹੋ ਜਿਹਾ ਹਾਲ ਪੂਰੇ ਬਠਿੰਡੇ 'ਚ ਕਰ ਦੇਣਾ।
ਰਾਜਾ ਵੜਿੰਗ ਬੜੇ ਐਲੀਗੇਸ਼ਨ ਲਾ ਰਹੇ ਆ, ਨਾਲ ਨਾਲ ਬਾਦਲ ਪਿੰਡ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਇੱਥੇ ਆ ਕੇ ਵੀ ਉਹ ਰਾਜਨੀਤੀ ਕਰਦੇ ਆ, ਘਰਾਂ ਦੇ ਵਿੱਚ ਟਾਈਮ ਗੁਜ਼ਾਰਦੇ ਆ, ਅਤੇ ਹੁਣ ਉਹ ਕਹਿੰਦੇ ਕਿ ਸਾਡਾ ਕੁਲੀਆਂ ਵਾਲਿਆਂ ਦਾ ਮੁਕਾਬਲਾ ਮਹਿਲਾਂ ਵਾਲਿਆਂ ਦੇ ਨਾਲ ਹੈ। ਹਾਂ, ਮਹਿਲ ਤਾਂ ਉਹਨਾਂ ਦੇ ਹੈਗੇ, ਹਰ ਸ਼ਹਿਰ 'ਚ ਇਹਨਾਂ ਦੇ ਵੱਡੇ ਵੱਡੇ ਮਕਾਨ ਨੇ। ਹੁਣ ਜਿਹੜਾ ਇਹਨਾਂ ਨੇ 2.5 ਸਾਲ ਬਾਅਦ ਦੁਬਾਰਾ ਆਪਣੇ ਕਾਗਜ਼ ਭਰੇ ਨੇ MP ਇਲੈਕਸ਼ਨ ਵਾਸਤੇ, MLA ਤੋਂ ਲੈ ਕੇ MP ਇਲੈਕਸ਼ਨ 2 ਸਾਲ 'ਚ ਹੀ ਉਹਨਾਂ ਦੇ ਪੈਸੇ 3 ਗੁਣਾ ਵੱਧ ਗਏ ਨੇ, ਉਹਨਾਂ ਦੀ ਅਮੀਰੀ 3 ਗੁਣਾ ਵੱਧ ਗਈ ਹੈਗੀ। ਸੋ ਜਿਹੜੇ ਕਰੋੜਾਂ ਦੀ ਗੱਡੀਆਂ 'ਚ ਫਿਰਦੇ ਨੇ, ਹਰ ਸ਼ਹਿਰ 'ਚ ਵੱਡੀ ਵੱਡੀ ਗੱਡੀਆਂ ਨੇ। ਹੋਰ ਕੋਈ ਜੇ ਕੋਈ ਸ਼ੱਕ ਰਹਿ ਗਿਆ ਮੇਰੇ ਮੂੰਹ ਕਿ ਉਹਨਾਂ ਦੇ ਮੂੰਹ ਤੋਂ, ਤੁਸੀਂ YouTube 'ਚ ਹੀ ਸੁਣ ਲਓ ਕਿ ਕਿੰਨੇ ਲੱਖਾਂ ਦੇ ਇਹ ਮਾਲਕ ਕਰੋੜਾਂ ਦੇ ਕਰੋੜਪਤੀ ਕਿੰਨੇ ਵੱਡੇ ਨੇ ਅਤੇ ਕਿੰਨੇ ਸ਼ੈਲਰ ਅਤੇ ਕਿੰਨੀ ਜ਼ਮੀਨਾਂ ਹੈਗੀਆਂ। ਸੋ ਹੁਣ ਇਹ ਗਰੀਬ ਦੇ ਘਰ ਜਾ ਕੇ ਰਹਿ ਕੇ ਢੋਂਗ ਕਰਦੇ ਨੇ, ਡਰਾਮੇਬਾਜ਼ੀ ਕਰਦੇ ਨੇ ਕਿ ਗਰੀਬ ਨੇ। ਗਰੀਬ ਤਾਂ ਉਸ ਗਰੀਬ ਦੇ ਘਰ ਜਾਣਾ ਸੀ ਜਿੱਦਾਂ ਇਹਨਾਂ ਨੇ ਮੀਟਰ ਪੱਟਤਾ, ਕਿਉਂਕਿ ਵਿਚਾਰਾ ਬਿਜਲੀ ਦਾ ਬਿੱਲ ਨਹੀਂ ਦੇ ਸਕਿਆ ਅਤੇ ਇਸ ਗਰਮੀ 'ਚ ਉਹ ਰਾਤ ਕਿਵੇਂ ਗੁਜ਼ਾਰਿਆ, ਉਹਦੇ ਘਰ ਜਾ ਕੇ ਰਾਤ ਗੁਜ਼ਾਰਨੀ ਸੀ। ਜਾਂ ਉਹ ਜਿਹੇ ਗਰੀਬ ਦੇ ਘਰ 'ਚ ਜਾ ਕੇ ਰੋਟੀ ਖਾਣੀ ਸੀ ਜਿਨ੍ਹਾਂ ਦੇ ਬਾਦਲ ਸਾਹਿਬ ਦਾ ਦਿੱਤਾ ਹੋਇਆ ਕਾਰਡ ਇਹਨਾਂ ਨੇ ਕੱਟਤਾ, ਅਤੇ ਉਹਦੇ ਬੱਚੇ ਕਿਵੇਂ ਭੁੱਖੇ ਪੇਟ ਸੌਂਦੇ ਨੇ, ਉਹਨਾਂ ਦੇ ਨਾਲ ਜਾ ਕੇ ਬਹਿਣਾ ਸੀ ਤਾਂ ਪਤਾ ਲੱਗਦਾ। ਸੋ ਡਰਾਮੇਬਾਜ਼ੀ ਅਤੇ ਗੁੰਡਾਗਰਦੀ ਹੋਰ ਇਹਨਾਂ ਦੇ ਨਾਲ ਹੋਰ ਕੋਈ ਚੀਜ਼ ਤਾਂ ਜੁੜੀ ਹੈ ਨਹੀਂ, ਡਿਵੈਲਪਮੈਂਟ ਤਾਂ ਕੱਖ ਕੀਤੀ ਨਹੀਂ ਹੈਗੀ। ਇਕੱਲੇ ਇਹ ਜਾਣੇ ਮਾਣੇ ਇਸ ਕਰਕੇ ਜਾਂਦੇ ਨੇ ਕਿ ਗੁੰਡਾਗਰਦੀ ਅਤੇ ਧੱਕਾਸ਼ਾਹੀ ਅਤੇ ਡਰਾਮੇਬਾਜ਼ੀ ਵਾਸਤੇ ਉਹ ਰਚ ਕੇ ਇੱਥੇ ਕਰ ਰਹੇ ਨੇ ਜੀ, ਸੱਦ ਕੇ ਇੱਥੇ ਬੈਠਣ। ਜਿੰਨੀ ਇਹ ਗੋਲੀਆਂ ਚੱਲ ਰਹੀਆਂ ਨੇ ਕਾਂਗਰਸੀ ਚਲਾ ਰਹੇ ਨੇ, ਜਿੰਨਾ ਗੁੰਡਾਗਰਦੀ ਕਰੇ, ਬਾਹਰੋਂ ਗੁੰਡੇ ਖਰੀਦ ਕੇ ਇਹ ਸਾਰੇ ਇਹ ਲੈ ਕੇ ਆਏ ਨੇ ਇੱਥੇ, ਇਹਨਾਂ ਦੇ ਗੁੰਡੇ ਬਿਠਾਏ ਹੋਏ ਨੇ। ਪੁਲਿਸ ਪ੍ਰਸ਼ਾਸਨ ਦੇ ਨਾਲ ਜ਼ੋਰ ਜ਼ਬਰ ਇਹਨਾਂ ਦਾ ਚੱਲ ਰਿਹਾ, ਸ਼ਰਾਬ ਇਹਨਾਂ ਦੀ ਚੱਲ ਰਹੀ ਹੈ, ਪੈਸੇ ਇਹਨਾਂ ਦੀ ਚੱਲ ਰਹੇ, ਪ੍ਰਸ਼ਾਸਨ ਇਹਨਾਂ ਦੀ ਹੈ ਤਾਂ ਬੁਖਲਾਏ ਹੋਏ ਤਾਂ ਖੁਦ ਨੇ। ਅਜੇ ਤਾਂ ਮੈਂ ਹੋਰ ਵੀ ਕਹਿ ਸਕਦੀ ਹਾਂ, ਅਜੇ ਤਾਂ 12 ਵਜੇ ਨੇ, ਤੁਸੀਂ ਦੇਖੋ ਜਿਵੇਂ ਦਿਨ ਅੱਗੇ ਵੱਧਦਾ ਹੈਗਾ ਇਹਨਾਂ ਦੀ ਡੈਸਪਰੇਸ਼ਨ ਇੰਨੀ ਵੱਧ ਜਾਊਗੀ ਕਿ ਅਜੇ ਤਾਂ ਇੱਕ ਗੋਲੀ ਚੱਲੀ ਤਾਂ ਬਹੁਤ ਕੁਛ ਹੋਰ ਹੋਊਗਾ, ਕਿਉਂਕਿ ਹੁਣ ਇਹ ਲੋਕਾਂ ਨੂੰ ਧਮਕਾਉਣ 'ਚ ਆ ਗਏ ਨੇ। ਲੇਕਿਨ ਇਹ ਭੁੱਲ ਗਏ ਨੇ ਕਿ ਜ਼ੋਰ ਅਤੇ ਜ਼ਬਰ ਨਾ ਕਿਸੇ ਪੰਜਾਬੀ ਨੇ, ਨਾ ਕਿਸੇ ਸਿੱਖ ਨੇ ਕਿਸੇ ਦੇ ਉੱਤੇ ਹੋਣ ਦਿੱਤਾ, ਅਤੇ ਨਾ ਹੀ ਕੋਈ ਸਹਿਣ ਵਾਲਾ। ਸੋ ਇਹ ਸਾਡੇ ਵਰਕਰ ਵੀ ਨਹੀਂ ਡਰਨ ਵਾਲੇ, ਅਤੇ ਨਾ ਹੀ ਸਾਡੇ ਵੋਟਰ ਡਰਨ ਵਾਲੇ ਨੇ। ਅਤੇ ਤਕੜੇ ਹੋ ਕੇ ਮੈਂ ਆਪ ਹੋਵਾਂ ਜਾਂ ਮੇਰੀ ਪਾਰਟੀ ਹੋਏ, ਅਸੀਂ ਹਰੇਕ ਦੇ ਨਾਲ ਖੜ੍ਹੇ ਨੇ। ਅਤੇ ਜਿਹੜੇ ਜਿਹੜੇ ਕਰਨ ਵਾਲੇ ਨੇ ਇਹ 2 ਸਾਲ ਇੰਨੀ ਛੇਤੀ ਲੰਘ, ਕਿਉਂਕਿ 24 ਤਰੀਕ ਤੋਂ ਸਰਕਾਰ ਭਾਵੇਂ ਇਹਨਾਂ ਦੀ ਹੋਈ ਲੇਕਿਨ ਰਾਜ ਸਾਡਾ ਹੋਊਗਾ। ਇੰਨੀ ਬੁਰੀ ਤਰ੍ਹਾਂ ਹਾਰ ਰਹੇ ਨੇ, ਜੇ ਰਾਜੇ ਦੀ ਰਾਣੀ ਹਾਰ ਰਹੀ ਹੈ ਉਹਦਾ ਕਾਂਗਰਸ ਦਾ ਪ੍ਰਧਾਨ ਹਾਰਿਆ ਤਾਂ ਬਾਕੀਆਂ ਦਾ ਤਾਂ ਕੀ ਹਾਲ ਹੋਊਗਾ। ਸੋ ਨਾਮ ਅਤੇ ਕਾਂਗਰਸ ਦੀ ਸਰਕਾਰ ਜਿੰਨੇ ਦਿਨ ਚੱਲ ਜਾਏ, ਲੱਗਦਾ ਤਾਂ ਨਹੀਂ ਹੈ ਮੈਨੂੰ ਕਿ ਸਿੱਧੂ ਸਾਹਿਬ ਅਤੇ ਮਨਪ੍ਰੀਤ ਅਤੇ ਬਾਕੀ ਜ਼ਿਆਦਾ ਦਿਨ ਚਲਾਉਣ ਦੇਣਗੇ ਰਾਜਾ ਸਾਹਿਬ ਨੂੰ। ਸੋ ਇਹਨਾਂ ਦੀ ਕੁਰਸੀ ਤਾਂ ਗਈ ਸੋ ਗਈ, ਆਪਣੀ ਸਰਕਾਰ ਆ ਕੇ ਅਮਨ ਸ਼ਾਂਤੀ ਲੋਕਾਂ ਪੱਖੀ ਗੱਲਾਂ ਕਰਨ ਵਾਲੀ ਇਹ ਸਰਕਾਰ ਤਿਆਰ ਬੈਠੀ ਹੈ, ਇਹਨਾਂ ਨੂੰ ਤਾਂ ਆਪ ਦਿਆ ਇਹਨੇ ਪੱਠਾ ਪਾ ਦੇਣਾ। ਨਵਜੋਤ ਸਿੰਘ ਸਿੱਧੂ ਨੇ ਵੀ ਜਿਸ ਤਰੀਕੇ ਨਾਲ ਬਿਆਨ ਦਿੱਤਾ, ਉਹਨਾਂ ਦੀ ਵਾਈਫ ਨੇ ਵੀ ਬਿਆਨ ਦਿੱਤਾ ਕਿ ਮੇਰੀ ਟਿਕਟ ਕੈਪਟਨ ਅਮਰਿੰਦਰ ਸਿੰਘ ਨੇ ਕਟਾਈ ਹੈ, ਨਵਜੋਤ ਸਿੰਘ ਸਿੱਧੂ ਵੀ ਕਿਤੇ ਨਾ ਕਿਤੇ ਵਿਗੜੇ ਹੋਏ ਉਹਨਾਂ ਦੇ ਸੁਰ ਦੇਖਦੇ ਆ, ਕਿਸ ਤਰੀਕੇ ਨਾਲ ਦੇਖਦੇ ਹੋ ਕਾਂਗਰਸ ਦੇ ਵਿੱਚ? ਇਹ ਤਾਂ ਪੂਰੀ ਕਾਂਗਰਸ 'ਚ ਜਿਹੋ ਜਿਹੀ ਫੁੱਟ ਪਈ ਹੋਈ ਹੈ ਸਾਰਿਆਂ ਦੇ ਸਾਹਮਣੇ, ਆਮ ਆਦਮੀ ਦੀ ਫੁੱਟ ਉਹ ਤੀਲੀ ਤੀਲੀ ਝਾੜੂ ਹੋ ਗਿਆ, ਅਤੇ ਕਾਂਗਰਸ ਦੀ ਫੁੱਟ ਆਪੇ ਹੀ ਜਿੰਨੀ ਉਂਗਲੀਆਂ ਪੰਜੇ 'ਚ ਹੈਗੀਆਂ ਉਸ ਤੋਂ ਵੱਧ 10 ਗੁਣਾ ਵੱਧ ਇਹਨਾਂ ਦੀ ਫੁੱਟ ਆਪਸ 'ਚ ਹੈਗੀ। ਅਤੇ ਹੁਣ ਤਾਂ ਸ਼ਰੇਆਮ ਕੁਰਸੀ ਦੀ ਖਿੱਚੋਤਾਨੀ ਇਹਦੇ ਬਾਅਦ ਸ਼ੁਰੂ ਹੋਊਗੀ, ਕਿਉਂਕਿ ਜਦ ਰਾਣੀ ਹਾਰੂਗੀ, ਜਦ ਪ੍ਰਧਾਨ ਹਾਰੂਗਾ, ਕੈਪਟਨ ਸਾਹਿਬ ਬੋਲ ਗਏ ਕਿ ਜਾਖੜ ਨੂੰ ਮੁੱਖ ਮੰਤਰੀ ਬਣਾਉਣਾ ਹੈਗਾ, ਇਹਦੇ ਵਿੱਚ ਸਿੱਧੂ ਦੀ ਨਾਰਾਜ਼ਗੀ ਇਹ ਬੁਖਲਾ ਕੇ ਬਾਹਰ ਨਿਕਲ ਆਏਗੀ, ਉਹਦਾ ਗੁੱਸਾ ਕਿ ਬੋਲ ਕਿਵੇਂ ਗਿਆ, ਕਿਉਂਕਿ ਇਹ ਤਾਂ ਆਪ ਦਾਅਵੇਦਾਰ ਬਣੀ ਬੈਠਿਆ ਜਿਹਦੇ ਕਰਕੇ ਕੈਪਟਨ ਬਾਰੇ ਬੋਲ ਗਿਆ। ਸੋ ਇਹਨਾਂ ਦੀ ਜਿਹੜੀ ਫੁੱਟ ਹੈ ਤਾਂ ਸਾਰੇ ਸਾਹਮਣੇ ਆ ਰਹੀ ਹੈ, ਜਿੱਥੇ ਤੁਸੀਂ ਦੇਖੋ 23 ਤਰੀਕ ਦੇ ਬਾਅਦ ਕਿੰਨਾ ਕੁਝ ਹੋਰ ਹੋਊਗਾ। ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਇਹ ਕਾਂਗਰਸ ਸਰਕਾਰ ਹਰ ਪੱਖੋਂ ਫੇਲ ਹੋ ਚੁੱਕੀ ਹੈਗੀ, ਜਿਹਦੇ ਕਰਕੇ ਇਕੱਲੇ ਅਮਨ ਸ਼ਾਂਤੀ ਨੂੰ ਵਿਗਾੜਨ 'ਚ ਤੁਲੇ ਹੋਏ ਨੇ। ਅਤੇ ਜੇ ਲੋਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਨਾਲ ਜੇ ਵਿਕਾਸ ਅਤੇ ਤਰੱਕੀ ਚਾਹੁੰਦੇ ਨੇ, ਫਿਰ ਇੱਕ ਮਜ਼ਬੂਤ ਸਰਕਾਰ ਦਿੱਲੀ ਵਿੱਚ ਬਣਾਉਣ ਵਾਸਤੇ ਇੱਥੇ ਤਕੜੀ ਨੂੰ ਵੋਟ ਪਾਓ, ਦਿੱਲੀ ਵਿੱਚ ਕਮਲ ਖਿਲਾਓ, ਤਾਂ ਕਿ ਦੇਸ਼ ਵੀ ਮਜ਼ਬੂਤ ਹੋਏ ਅਤੇ ਵਿਕਾਸ ਵੀ ਸਾਡੇ ਪੰਜਾਬ ਅਤੇ ਬਠਿੰਡੇ ਦਾ ਹੋਏ। ਤਾਂ ਲਗਾਤਾਰ ਬਹੁਤ ਸਾਰੇ ਮੁੱਦੇ ਇਹਨਾਂ ਚੋਣਾਂ ਦੇ ਵਿੱਚ ਚੱਕੇ ਜਾ ਰਹੇ ਹਨ, ਲੇਕਿਨ 23 ਤਰੀਕ ਨੂੰ ਪੰਜਾਬ ਦੇ ਲੋਕ ਕਿਸ ਨੂੰ ਫਤਵਾ ਦੇਣਗੇ ਇਹ ਵੇਖਣ ਵਾਲੀ ਗੱਲ ਹੋਏਗੀ। ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ TV, ਬਾਦਲ ਪਿੰਡ, ਬਠਿੰਡਾ।